ਸੂਟ ਕਰਦੇ ਹਾਂ ਗਲੋਟਾ ਬਣਾਉਂਦੇ ਹਾਂ ਫਿਰ ਉਸਨੂੰ ਅਟੇਰਨ 'ਤੇ ਅਟੇਰਦੇ ਹਾਂ ਫਿਰ ਉਹਨੂੰ ਪੂਰੀ 'ਤੇ ਚੜਾ ਕੇ ਦੋ ਸ਼ੇਪ ਨੂੰ ਫਿਰ ਇਕੱਠਾ ਡਬਲ ਕਰਦੇ ਹਾਂ ਟ੍ਰਿਪਲ ਕਰਦੇ ਹਾਂ ਚਾਰ ਲੜਾ ਕਰਦੇ ਹਾਂ ਦਰੀਆ ਬਣਾਉਣ ਲਈ ਮੈਂ ਮੇਰੇ ਵਿਆਹ ਨੂੰ 4.5 ਸਾਲ ਤੋਂ 2014 ਡਿਸੰਬਰ 2014 ਤੁਹਾਡੇ ਅਕੋਰਡਿੰਗ ਸਹੁਰਿਆਂ ਦੇ ਘਰ ਦੇ ਪੇਕਿਆਂ ਦੇ ਘਰ ਵਿੱਚ ਕੀ ਫਰਕ ਹੈ ਮੇਰੇ ਅਕੋਰਡਿੰਗ ਇਹ ਸੋਚ 'ਤੇ ਡਿਪੈਂਡ ਕਰਦਾ ਜਦੋਂ ਆਪਾਂ ਪੇਕਿਆਂ ਦਾ ਘਰ ਛੱਡ ਕੇ ਆਉਂਦੇ ਹਾਂ ਤਾਂ ਆਪਾਂ ਆਪਣੇ ਮਾਂ ਬਾਪ ਨੂੰ ਭੈਣਾਂ ਨੂੰ ਸਭ ਨੂੰ ਉੱਥੇ ਛੱਡ ਕੇ ਆਉਂਦੇ ਹਾਂ ਮਨ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਜਿਸ ਘਰ ਦੇ ਵਿੱਚ ਅਸੀਂ ਜਾ ਰਹੇ ਹਾਂ ਸਾਡਾ ਪਤੀ ਸਾਨੂੰ ਲੈ ਕੇ ਜਾ ਰਿਹਾ ਉਹਦੇ ਮਾਪੇ ਹੁਣ ਸਾਡੇ ਮਾਪੇ ਜੇ ਅਸੀਂ ਦਿਲੋਂ ਉਹਨਾਂ ਨੂੰ ਆਪਣੇ ਮਾਪੇ ਸਮਝਦੇ ਹਾਂ ਫਿਰ ਉਹ ਵੀ ਕੋਈ ਕਸਰ ਨਹੀਂ ਛੱਡਦੇ ਤਾਂ ਉਹਨੂੰ ਆਪਣੀ ਧੀ ਸਮਝਣ ਸਤਿ ਸ਼੍ਰੀ ਅਕਾਲ।
ਸਸੀ ਵਿਆਹ ਦੇ ਜਿਵੇਂ ਸੇਰਾ ਬਣਦੇ ਨੇ ਸੇਰਾਬੰਦੀ ਹੁੰਦੀ ਹੈ ਸੇਰਾਬੰਦੀ ਦੀ ਰਸਮ ਕੌਣ ਨਿਭਾਉਂਦਾ ਹੈ ਸੇਰਾਬੰਦੀ ਦੀ ਰਸਮ ਭੈਣਾਂ ਨਿਭਾਉਂਦੀਆਂ ਕਰੈਕਟ ਹੈ ਸਰ ਤੇ ਚਲੋ ਨੈਕਸਟ ਕੁਐਸਚਨ ਤੁਸੀਂ ਪੁੱਛੋ ਤੁਸੀਂ ਬਠਿੰਡਾ ਦਾ ਰਹਿਣ ਵਾਲੇ ਹੋ ਨਾ ਕਿੰਨੇ ਸਾਲ ਹੋ ਗਏ ਨੇ ਵਿਆਹ 13 ਸਾਲ ਹੋ ਜਾਣਗੇ ਜੀ ਨਵੰਬਰ ਦੇ ਵਿੱਚ ਓਕੇ 2016 ਬਠਿੰਡਾ ਦੀ ਕੋਈ ਖਾਸ ਗੱਲ ਬਠਿੰਡਾ ਕਾਲਜ ਲਈ ਵਿਸ਼ੂ ਹੈ ਬਠਿੰਡਾ ਸ਼ਹਿਰ ਦੇ ਵਿੱਚ ਮੈਂ ਲਾਸਟ ਈਅਰ ਵੀ ਸੀ ਸ਼ਿਫਟ ਕੀਤਾ ਵੈਸੇ ਮੈਂ ਕੋਟਕਪੁਰਾ 11 ਸਾਲ ਕੋਟਕਪੁਰਾ ਰਹਿਆ ਸੀ ਕੋਟਕਪੁਰਾ ਦਾ ਢੋਡਾ ਬਹੁਤ ਮਸ਼ਹੂਰ ਹੈ ਮੈਂ ਬਠਿੰਡਾ ਦਾ ਜੇ ਮੈਂ ਗੱਲ ਕਰਾਂ ਤਾਂ ਮੈਂ ਲਾਸਟ ਈਅਰ 'ਚ ਆ ਕੇ ਇੱਥੋਂ ਦਾ ਜਦੋਂ ਬਾਰਿਸ਼ ਪੈਂਦੀ ਹੈ ਨਾ ਮੀਂਹ ਬੜਾ ਬੜਾ ਮਸ਼ਹੂਰ ਦੇਖਿਆ ਮੈਂ ਚਿੱਕੜੀ ਚਿੱਕੜੀ ਹੋ ਜਾਂਦਾ ਮਾਰੀ ਲੱਗ ਗਈ ਉਹ ਤਾਂ ਮੇਰੇ ਲਈ ਬਹੁਤ ਮਸ਼ਹੂਰ ਹੈ ਅੱਜ ਮੈਂ ਬੜਾ ਮਸ਼ਹੂਰ ਹੈ ਵੈਸੇ ਬਾਰਿਸ਼ ਇੰਦਰ ਜੀ ਤੱਕ ਚੱਲ ਰਿਹਾ ਹੈ ਪਲੈਨ ਤੇ ਪੁੱਛਦੇ ਬਠਿੰਡੇ ਦੇ ਕਿੰਨਾ ਦੇ ਖਾਸ ਕੇ ਤੁਹਾਨੂੰ ਸਾਲ ਹੋ ਗਿਆ ਜੀ ਹਾਂਜੀ ਸਾਲ ਹੋ ਗਿਆ ਜੀ ਮੈਨੂੰ ਜੇ ਉਹਨੇ ਨਹੀਂ ਵੀ ਬਠਿੰਡੇ ਰਹਿੰਦੇ ਉਹਨਾਂ ਨੂੰ ਪਤਾ ਬਠਿੰਡੇ ਦੇ ਜੋ ਫੇਮਸ ਕੀ ਕੀ ਨੇ ਬਠਿੰਡੇ ਦੀਆਂ ਝੀਲਾਂ ਬਹੁਤ ਫੇਮਸ ਹੈ ਨਹੀਂ ਉਸ ਨੂੰ ਕਹਿੰਦੇ ਨੇ ਖਾਸ ਕਰਨ ਤੋਂ ਜਾਣਦੇ ਨੇ ਜਦੋਂ ਵੀ ਜਾਂਦੇ ਨੇ ਦੱਸੋ ਖਾਸ ਗੱਲਾਂ ਤੋਂ ਜਾਣਿਆ ਜਾਂਦਾ ਖਾਸ ਤੋਂ ਇੱਕ ਕੀ ਆ ਜਾਂਦਾ ਲਾਈਕ ਜਿਵੇਂ ਮੈਂ ਵੀ ਬਠਿੰਡਾ ਦੀ ਨੂੰ ਆਇਆ ਨਾ ਜਦੋਂ ਲਾਈਕ ਮੈਂ ਦੱਸਦੀ ਸੀ ਕਿਸੇ ਨੂੰ ਕਿ ਮੇਰੇ ਸਹੁਰੇ ਬਠਿੰਡਾ ਹੈ ਤਾਂ ਉਹ ਫਿਰ ਕਹਿੰਦੇ ਕਿ ਅੱਛਾ ਉੱਥੋਂ ਦੇ ਲੋਕੀ ਤੇ ਆਹ ਚੀਜ਼ ਰੱਖਣ ਦੇ ਸ਼ੌਕੀ ਤੇ ਉਹ ਕਿਹੜੀ ਚੀਜ਼ ਹੈ ਘੋੜੀਆਂ ਰੱਖਣ ਦੇ ਸ਼ੌਕੀ ਰਫਲਾ ਰੱਖਣ ਦੇ ਸ਼ੌਕੀ ਜੀ ਜੇ ਆਪਾਂ ਟੈਕਨੀਕਲੀ ਦੇਖੀਏ ਬਠਿੰਡੇ ਦੇ ਵਿੱਚ ਕਿਲਾ ਬਹੁਤ ਮਸ਼ਹੂਰ ਹੈ ਕਿਹੜਾ ਕਿਲਾ ਹਾਂ ਕਿਲਾ ਬਹੁਤ ਮਸ਼ਹੂਰ ਹੈ ਗੁਰਦੁਆਰਾ ਸਾਹਿਬ ਉੱਥੇ ਹੈ ਕਿਲਾ 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 ਜਿਹਨੂੰ 5 ਫੁੱਟ ਦੇ ਸੱਤ
ਫੁੱਟੀ ਕਿਹਾ ਜਾਂਦਾ ਸੀਗਾ, ਉਹ ਹੁਣ ਵੀ ਮਸ਼ਹੂਰ ਕੀ ਜਿਹੜਾ ਇਸੇ ਕਰਕੇ ਮਸ਼ਹੂਰ ਹੈ। ਉੱਥੋਂ ਦੇ ਲੀਡ ਸਿੰਗਰ ਗੁਰਦਾਸ ਨਾਥ ਜੀ, ਅਤੇ ਨਰਸਿੰਗ ਦੀ ਲਾਈਨ 'ਚ ਕੋਈ ਫੇਮਸ ਨਾਮ ਤੁਹਾਨੂੰ ਯਾਦ ਹੋ? ਫਲੋਰੈਂਸ ਨਾਈਟਿੰਗੇਲ, ਸ਼ੀ ਇਜ਼ ਅ ਮਾਡਰਨ ਫਾਊਂਡਰ ਆਫ ਨਰਸਿੰਗ। ਲੁਧਿਆਣਾ ਚ ਕਦੇ ਕੋਈ ਐਕਚੁਅਲੀ ਚੀਜ਼ ਨਹੀਂ ਹੈ ਜੋ ਮੈਨੂੰ ਵਧੀਆ ਨਹੀਂ ਲੱਗਦੀ। ਪਾਣੀ ਬਹੁਤ ਖੜਾ।
ਸੋਚੋ ਹੁਣ ਟ੍ਰੈਫਿਕ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ ਟ੍ਰੈਫਿਕ ਪ੍ਰੋਬਲਮ ਹੈ ਮਿਊਨਿਸਪਲ ਕਾਰਪੋਰੇਸ਼ਨ ਦੀ ਪ੍ਰੋਬਲਮ ਹੈਗੀ ਉੱਥੇ ਥੋੜੀ ਜੀ ਪਿੱਛੇ ਇੱਕ ਦੋ ਦਿਨ ਚ ਨਿਊਜ਼ ਵੀ ਬਹੁਤ ਆਇਆ ਕਿ ਪਾਣੀ ਖੜਿਆ ਰਹਿੰਦਾ ਹੈ ਬਟ ਉਹ ਪੋਲਿਟਿਕਸ ਹੈਗੀ ਹੈ ਉਹਦੇ ਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਉਂਕਿ ਮੈਂ ਇੱਕ ਹਾਊਸ ਵਾਈਫ ਹੈ ਤੇ ਇੱਕ ਹੋਮ ਮੇਕਰ ਹੈ ਜਿਹੜਾ ਘਰ ਰਹਿ ਗਿਆ